ਉਹ ਕਹਿੰਦੇ ਸੀ ਕਿਹੜੇ ਕੰਜਰ ਵਾਲੇ ਕੰਮ ਫੜੇ ਆ ਤੁਸੀਂ, ਯਾਨੀ ਇਹ ਸਾਡੇ ਤੇ ਖਾਨਦਾਨਾਂ 'ਚ ਇੱਦਾਂ ਦਾ ਕਿਸੇ ਨੇ ਕੀਤਾ ਨਹੀਂ, ਤੁਸੀਂ ਨੱਚਣ ਲੱਗੇ ਹੋ। ਜਦੋਂ ਰਾਸ਼ਟਰਪਤੀ ਸਾਹਿਬਾਂ ਦੇ ਹੱਥੋਂ ਹਿੰਦੁਸਤਾਨ ਦੀ ਕਲਾ ਦੇ ਸਭ ਤੋਂ ਵੱਡੇ ਨਾਮ ਨੈਸ਼ਨਲ ਸੰਗੀਤ ਨਾਟਕ ਅਕੈਡਮੀ ਅਵਾਰਡ ਨਾਲ ਨਵਾਜ਼ਿਆ ਗਿਆ, ਤਾਂ ਮੇਰੀ ਧਰਮ ਪਤਨੀ ਮੇਰੇ ਨਾਲ ਹੀ ਸੀ। ਅੱਛਾ ਜੀ। ਤਾਂ ਮੇਰੇ ਇੱਕ ਭੰਗੜੇ ਵਾਲੇ ਦੋਸਤ ਦਾ ਫੋਨ ਆਉਂਦਾ, ਕਹਿੰਦੇ ਭਾਬੀ ਤੁਸੀਂ ਕਹਿੰਦੇ ਸੀ ਇੰਨੀ ਦੇਰ ਨੂੰ ਆਉਂਦੇ ਹੋ, ਇਹ ਜਾਂਦੇ ਹੋ, ਕੀ ਚੱਤੋ ਪੈਰ ਤੁਸੀਂ ਨੱਚਦੇ ਟੱਪਦੇ ਰਹਿੰਦੇ, ਅੱਜ ਜਦੋਂ ਤੁਸੀਂ ਇੱਥੇ 5-star ਹੋਟਲ 'ਚ ਖਾ ਪੀ ਰਹੇ ਹੋ ਅਤੇ ਸਾਰੇ ਇੰਡੀਆ ਦੇ ਚੰਗੇ ਚੰਗੇ ਕਲਾਕਾਰ ਤੁਹਾਡੇ ਨਾਲ ਨੇ ਅਤੇ ਰਾਸ਼ਟਰਪਤੀ ਸਾਹਿਬਾਂ ਦੇ ਹੱਥੋਂ ਇਨਾਮ ਮਿਲ ਰਿਹਾ ਭਾਈ ਸਾਹਿਬ ਨੂੰ, ਅਤੇ ਤੁਹਾਨੂੰ ਕਿੱਦਾਂ ਲੱਗਦਾ? ਕਹਿੰਦੀ ਅੱਜ ਮੈਂ ਇਹਨਾਂ ਕਰਕੇ ਇਹ ਥਾਂ ਵੇਖੀ ਆ ਅਤੇ ਇਹਨਾਂ ਕਰਕੇ ਆ ਸਭ ਕੁਛ ਵੇਖਿਆ ਆ ਅਤੇ ਮੈਂ ਸਾਰਾ ਕੁਝ ਹੀ ਭੁੱਲ ਗਈ ਹਾਂ। ਮੈਨੂੰ ਲੱਗਦਾ ਵੀ ਜੋ ਕੁਛ ਇਹ ਕਰਦੇ ਰਹੇ ਉਹ ਠੀਕ ਹੀ ਸੀਗਾ, ਅਸੀਂ ਐਵੇਂ ਹੋੜਦੇ ਰਹਿੰਦੇ ਸੀ, ਮਨਾ ਕਰਦੇ ਰਹਿੰਦੇ ਸੀ। ਮਤਲਬ ਕਿ ਜਦੋਂ ਰਾਸ਼ਟਰਪਤੀ ਉਹਨਾਂ ਦੇ ਵੱਲੋਂ ਤੁਹਾਨੂੰ ਵਾਰਡ ਦਿੱਤਾ ਗਿਆ, ਤੁਹਾਡੇ ਧਰਮ ਪਤਨੀ ਵੱਲੋਂ ਵੀ ਉਸੇ ਟਾਈਮ ਅਪਰੂਵ ਕੀਤਾ ਗਿਆ ਕਿ ਹਾਂ ਤੁਸੀਂ ਇਹ ਚੀਜ਼ਾਂ ਕਰ ਸਕਦੇ? ਹਾਂ ਵੀ ਇਹ ਚੰਗਾ ਕੰਮ ਕਰਦੇ ਰਹੇ ਹੋ ਤੁਸੀਂ। ਅੱਛਾ ਅੱਛਾ ਬਾਈ ਜੀ, ਜਦੋਂ ਭੰਗੜਾ ਪਾਉਣਾ ਸ਼ੁਰੂ ਕੀਤਾ ਸੀ ਜੀ, ਹੁਣ ਰਾਸ਼ਟਰਪਤੀ ਤੱਕ ਦਾ ਸਫ਼ਰ ਆ ਗਿਆ, ਰਾਸ਼ਟਰਪਤੀ ਦੇਸ਼ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਜਾਂ ਸਭ ਤੋਂ ਵੱਡਾ ਵਿਅਕਤੀ ਜੀ, ਉਸ ਟਾਈਮ ਸੋਚਿਆ ਸੀ ਕਿ ਕਦੇ ਅਵਾਰਡ ਲੈਣੇ ਨੇ, ਕਦੇ ਰਾਸ਼ਟਰਪਤੀ ਤੱਕ ਵੀ ਸਨਮਾਨਿਤ ਕਰੂ, ਦਿੱਲੀ ਦੇ ਵੱਡੇ ਵੱਡੇ ਹੋਟਲਾਂ ਦੇ ਵਿੱਚ ਰਹਿਣ ਦਾ ਹੀ ਮੌਕਾ ਮਿਲੂ, ਕਦੇ ਮਨ 'ਚ ਆਇਆ ਸੀ? ਸੱਚੀ ਗੱਲ ਬਿਲਕੁਲ ਨਹੀਂ ਸੀ ਆਇਆ, ਅਤੇ ਉਦੋਂ ਸੀ ਵੀ ਚਲੋ ਅਸੀਂ ਆ ਟੀਮ ਦੇ ਵਿੱਚ ਹੀ ਪਾ ਲਈਏ, ਸਾਨੂੰ ਰੱਖ ਲੈਣ ਅਤੇ ਅਸੀਂ ਪਰਫੋਰਮ ਕਰ ਲਈਏ ਲੋਕਾਂ ਦੇ ਸਾਹਮਣੇ, ਆ ਸਾਡਾ ਸ਼ੌਂਕ ਪੂਰਾ ਹੋ ਜਾਵੇ, ਅਤੇ ਉਹ ਸਾਨੂੰ ਉਦੋਂ ਸਾਡੀਆਂ ਇੱਦਾਂ ਦੀਆਂ ਜਿਹੜੀਆਂ ਮਹੱਤਵ ਆਕਾਂਕਸ਼ਾਵਾਂ ਸੀਗੀਆਂ। ਉਦੋਂ ਬਾਅਦ ਫਿਰ ਥੋੜ੍ਹੀ ਜਿਹੀ ਵੱਡੀਆਂ ਹੋਈਆਂ, ਵੀ ਯੂਥ ਫੈਸਟੀਵਲ ਦੇ ਵਿੱਚ ਜਦੋਂ ਸਾਡੀ ਟੀਮ ਫਸਟ ਆ ਜਾਂਦੀ ਅਤੇ ਸਾਨੂੰ ਅਵਾਰਡ ਮਿਲ ਜਾਂਦੇ, ਹੋਰ ਉਤਸ਼ਾਹ ਵੱਧਦਾ, ਹੋਰ ਅੱਗੇ ਫਿਰ ਬਾਹਰ ਅੰਦਰ ਜਾਣ ਦਾ ਜਦੋਂ ਮੌਕਾ ਮਿਲਿਆ, ਭਾਰਤ ਸਰਕਾਰ ਵੱਲੋਂ ਮਿਨਿਸਟਰੀ ਆਫ ਕਲਚਰ ਵੱਲੋਂ ਜਦੋਂ ਸਾਨੂੰ ਜਪਾਨ ਜਾਣ ਦਾ ਇਤਫਾਕ ਹੋਇਆ ਅਤੇ ਟੀਮ ਫਿਰ ਲੀਡ ਕਰਕੇ ਮੈਂ ਇੰਡੋਨੇਸ਼ੀਆ ਵੀ ਲੈ ਕੇ ਗਿਆ। ਅੱਛਾ ਜੀ। ਅਤੇ ਹਾਂਜੀ, ਅਤੇ ਮਲੇਸ਼ੀਆ ਵਿੱਚ ਉੱਥੇ ਉਹਨਾਂ ਦੇ ਲੋਕਾਂ ਨੂੰ ਬਕਾਇਦਾ ਸਿਖਾਏ ਪੰਜਾਬ ਦੇ ਲੋਕ ਨਾਚ, ਅਤੇ ਇਹ ਸਾਰਾ ਕੁਛ ਤੱਕ ਪਹੁੰਚਣ ਤੱਕ ਬੜਾ ਲੰਮਾ ਸਫ਼ਰ ਕਰਨਾ ਪਿਆ। ਲੇਕਿਨ ਮੈਂ ਆਪਣੇ ਵੇਖਣ ਵਾਲਿਆਂ ਨੂੰ ਇਹ ਜ਼ਰੂਰ ਕਹੂੰਗਾ ਕਿ ਜ਼ਿੰਦਗੀ 'ਚ ਕਿਤੇ ਵੀ ਸ਼ਾਰਟਕੱਟ ਨਹੀਂ ਹੈਗਾ, ਯਾਨੀ ਪਗਡੰਡੀਆਂ ਦਾ ਰਾਹ ਕਦੇ ਨਾ ਅਪਣਾਓ। ਉਹ ਤੁਹਾਨੂੰ ਲੱਗਦਾ ਥੋੜ੍ਹੀ ਦੇਰ ਲਈ, ਲੇਕਿਨ ਜੇ ਤੁਸੀਂ ਪੱਕੇ ਪੈਰੀਂ ਸਟੈਪ ਬਾਈ ਸਟੈਪ ਇੱਕ ਡੰਡਾ ਦੂਜਾ ਡੰਡਾ ਉਸ ਤੋਂ ਐਂ ਚੜ੍ਹੋਗੇ ਨਾ, ਤਾਂ ਤੁਹਾਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ, ਕੋਈ ਖਤਰਾ ਨਹੀਂ, ਸਾਹਮਣੇ ਵਾਲੀ ਦੀ ਅੱਖ ਚੱਕ ਪਾ ਕੇ ਤੁਸੀਂ ਗੱਲ ਕਹੋਗੇ, ਕਿਉਂਕਿ ਤੁਸੀਂ ਉਹ ਜਿਹਨੇ ਕਿ ਤਪ ਕੇ ਨਿਕਲੇ ਹੁੰਦੇ ਹੋ, ਤਾਂ ਇਸ ਕਰਕੇ ਉਹ ਸ਼ਾਰਟਕੱਟ ਨਹੀਂ ਅਪਣਾਇਆ ਹੁੰਦਾ ਜ਼ਿੰਦਗੀ 'ਚ। ਅਤੇ ਹਾਂਜੀ 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 ਜੀ, ਅਤੇ ਉਹ ਅਸੀਂ ਵੀ ਇੱਦਾਂ ਹੀ ਇਸ ਮੁਕਾਮ 'ਤੇ ਪਹੁੰਚਣ ਤੋਂ ਪਹਿਲਾਂ ਸਕੂਲਾਂ ਵਾਲੇ ਬੱਚਿਆਂ ਨੂੰ ਸਿਖਾ, ਕਾਲਜ ਵਾਲੇ ਬੱਚਿਆਂ ਨੂੰ ਸਿਖਾ, ਯੂਨੀਵਰਸਿਟੀਆਂ ਨੂੰ ਸਿਖਾ, ਫਿਰ ਤਪੱਸਿਆ ਕੀਤੀ, ਬਕਾਇਦਾ ਆਪ ਸਿੱਖਦੇ ਰਹੇ ਹਾਂ, ਸਵੇਰੇ 4-4 ਵਜੇ ਉੱਠ ਕੇ ਗਰਾਊਂਡ 'ਚ ਜਾਣਾ, ਰਾਤ ਨੂੰ ਵੀ ਰਸਲ ਕਰਨੀ, ਦਿਨੇ ਵੀ ਕਰਨੀ, ਬਾਕੀ ਕੰਮਾਂ ਕਾਰਾਂ ਤੋਂ ਇਲਾਵਾ ਜਿਹੜੀ ਆਪਣੀ ਜੋਬ ਕਰਨੀ ਜਾਂ ਪੜ੍ਹਾਈ ਕਰਨੀ ਉਹਦੇ ਨਾਲ ਹਟ ਕੇ। ਤਾਂ ਇਹ ਜਿਹੜਾ ਹੈ ਨਾ, ਮੈਂ ਤਾਂ ਸਮਝਦਾ ਵੀ ਜ਼ਿੰਦਗੀ ਦੇ ਫਿਰ ਔਡ ਵੀ ਆਉਂਦੇ ਨੇ ਮੌਕੇ ਇਹੋ ਜਿਹੇ, ਅਤੇ ਪਰ ਅਸੀਂ ਜਦੋਂ ਪੜ੍ਹਦੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਥੋੜ੍ਹਾ ਬਹੁਤਾ ਨਾਮ ਕਮਾਇਆ ਉਹਨਾਂ ਨੇ ਔਖਿਆਂ ਹੋ ਕੇ ਹੀ ਕਮਾਇਆ, ਔਡਸ ਦੇ ਰਾਹੀਂ ਹੀ ਕਮਾਇਆ।